ਇਹ ਵੱਡਾ ਪਹਾੜ ਕਲੰਕ ਬਣਿਆ ਹੋਇਆ ਮੋਹਾਲੀ ਦੇ ਉੱਪਰ। ਦਿੱਕਤ ਤੋਂ ਪੜਤੀ ਹੈ ਮਰ, ਕਿਆ ਕਹਿ ਸਕਦੇ, ਹਮ ਤੋਂ ਮਜ਼ਦੂਰ ਹੈ। ਇਹ ਸਮੈਲ ਹੋ ਗਿਆ ਅਤੇ ਇੱਥੇ ਦੇ ਜਿਹੜੇ ਮੱਛਰ ਹੋ ਗਿਆ, ਮੱਖੀਆਂ, ਸਾਨੂੰ ਕੰਮ ਕਰਨਾ ਵੀ ਬੜਾ ਔਖਾ ਲੱਗਦਾ। ਸੋ ਇੱਕ ਪਾਸੇ ਅਲੀਸ਼ਾਨ ਖੂਬਸੂਰਤ IT ਕੰਪਨੀਆਂ ਦੀਆਂ ਬਿਲਡਿੰਗਾਂ ਅਤੇ ਦੂਜੇ ਪਾਸੇ ਜਿਹੜੀ ਤਸਵੀਰ ਦਿਖਾਵਾਂਗੇ, ਤੁਹਾਡੀਆਂ ਅੱਖਾਂ ਖੁੱਲ੍ਹ ਜਾਣਗੀਆਂ ਉਹ ਤਸਵੀਰ ਦੇਖ ਕੇ। ਮੋਹਾਲੀ ਦੇ ਵਿੱਚ ਖੜ੍ਹੇ ਹਾਂ ਕਿ ਜਿੱਥੇ ਹਰ ਪਾਸੇ IT ਸੈਕਟਰ ਦੀਆਂ ਵੱਡੀਆਂ ਵੱਡੀਆਂ ਜਿਹੜੀ ਕਿ ਬਿਲਡਿੰਗਾਂ ਤੁਹਾਨੂੰ ਨਜ਼ਰ ਆਉਣਗੀਆਂ, ਵੱਡੀਆਂ ਵੱਡੀਆਂ IT ਕੰਪਨੀਆਂ ਦਫ਼ਤਰ ਨਜ਼ਰ ਆਉਣਗੇ। ਆਲੀਸ਼ਾਨ ਦਫ਼ਤਰ ਹੈ ਜਿਸ ਦੇ ਵਿੱਚ ਬੈਠ ਕੇ ਜਿਹੜੇ ਕਿ ਮੁਲਾਜ਼ਮ ਨੇ ਉਹ ਕੰਮ ਕਰਦੇ ਨੇ। ਪਰ ਦੂਜੀ ਤਸਵੀਰ ਹੈਗੀ ਹੈ ਕਿ IT ਕੰਪਨੀਆਂ ਦੇ ਸਾਹਮਣੇ ਇੱਕ ਕੂੜੇ ਦਾ ਵੱਡਾ ਪਹਾੜ। ਇਹ ਵੱਡਾ ਪਹਾੜ ਕਲੰਕ ਬਣਿਆ ਹੋਇਆ ਹੈ ਮੋਹਾਲੀ ਦੇ ਉੱਪਰ, ਕਿਉਂਕਿ ਪੂਰੇ ਸ਼ਹਿਰ ਦਾ ਜਿੰਨਾ ਵੀ ਕੂੜਾ ਕਚਰਾ ਹੁੰਦਾ ਹੈ ਉਹ ਇੱਥੇ ਲਿਆ ਕੇ ਸੁੱਟ ਦਿੱਤਾ ਜਾਂਦਾ ਹੈ ਅਤੇ ਅੱਗੇ ਇਸਦਾ ਕੋਈ ਵੀ ਜਿਹੜਾ ਕਿ ਉਹ ਹੱਲ ਨਹੀਂ ਕੱਢਿਆ ਜਾਂਦਾ, ਜਾਂ ਫਿਰ ਇਸ ਕੂੜੇ ਦੇ ਕਚਰੇ ਤੋਂ ਮੋਹਾਲੀ ਵਾਸੀਆਂ ਨੂੰ ਪਿਛਲੇ ਲੰਮੇ ਸਮੇਂ ਤੋਂ ਕੋਈ ਵੀ ਜਿਹੜੀ ਰਾਹਤ ਹੈ ਉਹ ਨਹੀਂ ਮਿਲੀ ਹੈ। ਮੋਹਾਲੀ ਕਾਰਪੋਰੇਸ਼ਨ ਦੇ ਵੱਲੋਂ ਹਾਲਾਂਕਿ ਇਸ ਕੂੜੇ ਤੋਂ ਜਿਹੜਾ ਕਿ ਇਹਨੂੰ ਛਾਣ ਕੇ ਅਲੱਗ ਜਿਹੜੀ ਮਿੱਟੀ ਕੀਤੀ ਜਾ ਰਹੀ ਹੈ ਅਤੇ ਇੱਥੋਂ ਜਿਹੜਾ ਕਿ ਕੂੜਾ ਹੈ ਉਸਨੂੰ ਐਜ਼ ਆਪਾਂ ਕਹਿ ਸਕਦੇ ਹਾਂ ਕਿ ਕੋਲੇ ਦੇ ਰੂਪ ਦੇ ਵਿੱਚ ਭੱਠੀਆਂ ਦੇ ਵਿੱਚ ਇਸਤੇਮਾਲ ਕਰਨ ਲਈ ਭੇਜਿਆ ਜਾਂਦਾ। ਪਰ ਹਾਲਾਤ ਇੱਥੇ ਇਸ ਕਦਰ ਨੇ ਕਿ 24 ਘੰਟੇ ਇੱਥੇ ਬਦਬੂ ਰਹਿੰਦੀ ਹੈ ਅਤੇ ਜਿਹੜੇ ਲੋਕਲ IT ਕੰਪਨੀਆਂ ਦੇ ਵਿੱਚ ਕੰਮ ਕਰਦੇ ਹੈਗੇ ਕਰਮਚਾਰੀ ਜਾਂ ਮੁਲਾਜ਼ਮ, ਉਹਨਾਂ ਦਾ ਇਹ ਕਹਿਣਾ ਹੈ ਕਿ ਸਾਨੂੰ ਇੱਥੇ ਬਹੁਤ ਜ਼ਿਆਦਾ ਪਰੇਸ਼ਾਨੀ ਹੋ ਰਹੀ ਹੈ, 24 ਘੰਟੇ ਇੱਥੇ ਬਦਬੂ ਆਉਂਦੀ ਹੈ, ਮੱਖੀਆਂ ਮੱਛਰ 24 ਘੰਟੇ ਇੱਥੇ ਰਹਿੰਦੇ ਨੇ, ਜਿਸ ਕਰਕੇ ਬਿਮਾਰੀਆਂ ਵੀ ਫੈਲ ਰਹੀਆਂ ਨੇ। ਹੁਣ ਹਾਲਾਤ ਇਹ ਬਣ ਚੁੱਕੇ ਨੇ ਕਿ ਕਈ ਜਿਹੜੇ ਇੱਥੇ IT ਯੂਨਿਟਸ ਨੇ ਉਹ ਕਿਤੇ ਹੋਰ ਸ਼ਿਫਟ ਹੋਣ ਨੂੰ ਮਜਬੂਰ ਹੋ ਗਏ ਨੇ, ਜਿਸ ਦੀ ਵਜ੍ਹਾ ਇਹ ਕੂੜੇ ਦਾ ਵੱਡਾ ਪਹਾੜ। ਇੱਥੋਂ ਤੱਕ ਕਿ ਜਿਹੜੇ ਕਿ ਕਈ ਲੋਕਾਂ ਦੇ ਵੱਲੋਂ ਇਸ ਵੱਡੀ ਆਪਣੀ ਸਮੱਸਿਆ ਨੂੰ ਲੈ ਕੇ ਅਦਾਲਤ ਦਾ ਰੁੱਖ ਵੀ ਕੀਤਾ ਗਿਆ। ਕਈ ਜਿਹੜੇ ਹੈਗੇ ਨੇ ਇੱਥੋਂ ਦੇ ਲੋਕਲ ਜਿਹੜੇ ਕਿ IT ਕੰਪਨੀਆਂ ਦੇ ਮਾਲਕ ਹੈਗੇ ਨੇ ਉਹ ਕੇਸ ਜਿੱਤ ਵੀ ਚੁੱਕੇ ਨੇ, ਪਰ ਫਿਰ ਵੀ ਨਗਰ ਨਿਗਮ ਦੇ ਵੱਲੋਂ ਇਸ ਦਾ ਕੋਈ ਸਲਿਊਸ਼ਨ ਨਹੀਂ ਕੀਤਾ ਗਿਆ। ਸਾਈਨ ਬੋਰਡ ਦਿਖਾਵਾਂਗੇ, ਨਗਰ ਨਿਗਮ ਦੀ ਡੰਪਿੰਗ ਸਾਈਟ ਜਿੱਥੇ ਕਿ ਘਰੇਲੂ ਕੂੜੇ ਦੇ ਲਈ ਇਸ ਸਾਈਟ ਦਾ ਪ੍ਰਯੋਗ ਕੀਤਾ ਜਾਂਦਾ ਅਤੇ ਬਾਇਓਮੈਡੀਕਲ ਅਤੇ ਨਾਲ ਹੀ ਇੰਡਸਟਰੀਅਲ ਵੇਸਟ ਸੁੱਟਣਾ ਤਾਂ ਮਨਾ ਹੈਗਾ ਹੀ ਆ, ਪਰ ਜਿਹੜਾ ਕਿ ਘਰੇਲੂ ਕਚਰਾ ਲਿਆ ਕੇ ਇੱਥੇ ਸੁੱਟ ਦਿੱਤਾ ਜਾਂਦਾ, ਜਿਸ ਕਰਕੇ ਬਹੁਤ ਜ਼ਿਆਦਾ ਸਮੈਲ ਰਹਿੰਦੀ ਹੈ। ਹੁਣ ਅਸੀਂ ਜਦੋਂ ਕਵਰੇਜ ਕਰ ਰਹੇ ਹਾਂ ਤਾਂ ਸਾਡਾ ਵੀ ਇੱਥੇ ਜਿਹੜਾ ਕਿ ਖੜ੍ਹਨਾ ਮੁਸ਼ਕਿਲ ਹੋਇਆ ਪਿਆ, ਇੰਨੀ ਜ਼ਿਆਦਾ ਸਮੈਲ ਹੈ ਕਿ ਅਸੀਂ ਤੁਹਾਨੂੰ ਬਿਆਨ ਨਹੀਂ ਕਰ ਸਕਦੇ ਕਿ ਕਾਫੀ ਜ਼ਿਆਦਾ ਦਿੱਕਤ ਦਰਪੇਸ਼ ਆ ਰਹੀ ਹੈ। ਹਾਲਾਂਕਿ ਜਿਸ ਤਰ੍ਹਾਂ ਦੇ ਨਾਲ ਇਹ ਕੂੜੇ ਦਾ ਪਹਾੜ ਇਹ ਵੱਧਦਾ ਜਾ ਰਿਹਾ, ਪਰ ਨਾਲ ਹੀ ਇਸਦੇ ਨਿਪਟਾਰੇ ਨੂੰ ਲੈ ਕੇ ਕਈ ਪ੍ਰੋਜੈਕਟਸ ਵੀ ਲਿਆਉਂਦੇ ਗਏ ਨੇ, ਪਰ ਸਮਾਂ ਰਹਿੰਦਾ ਇਸ ਦੇ ਉੱਪਰ ਕਿਉਂ ਧਿਆਨ ਨਹੀਂ ਦਿੱਤਾ ਗਿਆ। ਹਾਲਾਂਕਿ ਜਿਸ ਥਾਂ ਦੇ ਉੱਪਰ ਇਹ ਕੂੜੇ ਦਾ ਇਹ ਵੱਡਾ ਇਹ ਢੇਰ ਹੈਗਾ ਹੈ ਉਸਦੇ ਆਸੇ ਪਾਸੇ ਤੁਹਾਨੂੰ ਦਿਖਾਵਾਂਗੇ ਕਿ ਪੂਰੀਆਂ ਅਲੀਸ਼ਾਨ ਜਿਹੜੀਆਂ ਕਿ ਖੂਬਸੂਰਤ ਬਿਲਡਿੰਗਾਂ ਨੇ, ਦਫ਼ਤਰ ਹੈਗੇ ਨੇ, ਇਹ ਬਿਜਨਸ ਹੱਬ ਇਸਨੂੰ ਕਿਹਾ ਜਾ ਸਕਦਾ ਮੋਹਾਲੀ ਦਾ, ਇਹ ਜਿਹੜਾ ਕਿ ਪੂਰਾ ਇਲਾਕਾ ਹੈ ਜੋ ਕਿ ਆਪਣੀ ਖੂਬਸੂਰਤੀ ਨੂੰ ਲੈ ਕੇ, ਆਪਣੇ IT ਹੱਬ ਨੂੰ ਲੈ ਕੇ, IT ਕੰਪਨੀਆਂ ਦਫ਼ਤਰਾਂ ਨੂੰ ਲੈ ਕੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਕਾਫੀ ਜ਼ਿਆਦਾ ਚਰਚਿਤ ਹੈ। ਪਰ ਇਹ ਕੂੜੇ ਦਾ ਜਿਹੜਾ ਢੇਰ ਹੈਗਾ ਇਸ IT ਸੈਕਟਰ ਵਾਲੀ ਜਿਹੜਾ ਖੇਤਰ ਹੈਗਾ ਇਸਦੇ ਉੱਪਰ ਕਲੰਕ ਬਣਿਆ ਹੋਇਆ। ਸੋ ਜਿਹੜੇ ਕਿ ਇੱਥੋਂ ਦੇ ਕੰਮ ਕਰਦੇ ਕੁਝ ਲੋਕ ਹੈਗੇ ਨੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਹਾਂ ਕਿ ਕਿੰਨੀ ਕੁ ਦਿੱਕਤ ਦਰਪੇਸ਼ ਆ ਰਹੀ ਹੈ। ਸੋ ਆਸ ਪਾਸ ਦੀਆਂ ਜਿਹੜੀਆਂ ਕਿ ਇੱਥੇ ਯੂਨਿਟਾਂ ਲੱਗੀਆਂ ਹੋਈਆਂ ਨੇ, ਉੱਥੋਂ ਦੇ ਕਰਮਚਾਰੀ ਜਿਹੜੇ ਸਿਕਿਉਰਿਟੀ ਗਾਰਡ ਹੈਗੇ ਨੇ ਉਹਨਾਂ ਨਾਲ ਗੱਲਬਾਤ ਕਰਨੀ, ਕਿੰਨੀ ਕੁ ਦਿੱਕਤ ਆ ਰਹੀ ਹੈ ਇਹਨਾਂ ਕੂੜੇ ਦੇ ਢੇਰਾਂ ਤੋਂ? ਬਹੁਤ ਦਿੱਕਤ ਆ ਰਹੀ ਹੈ ਜੀ, ਬਹੁਤ ਬਦਬੋ ਮਾਰਦੀ ਹੈ, ਗੱਡੀਆਂ ਲੰਘਦੀਆਂ ਬਹੁਤ ਬਦਬੋ ਮਾਰਦੀ ਹੈ, ਅਤੇ ਆਹ ਫੋਲ ਫਲਾਈ ਹੋ ਰਹੀ ਕਚਰੇ ਦੀ, ਮਸ਼ੀਨਾਂ ਲੱਗੀਆਂ, ਪ੍ਰੋਜੈਕਟ ਲੱਗਿਆ ਹੋਇਆ ਇੱਥੇ, ਜਦ ਬਹੁਤ ਬਦਬੋ ਮਾਰਦੀ ਚ ਹਵਾ ਮਾਰਦੀ ਆਉਂਦੀ ਹੈ ਨਾ ਉੱਧਰ ਉੱਧਰ ਦੇ, ਬਹੁਤ ਇਸ ਕੰਪਨੀ ਇਸ ਲਾਈਨ ਵੀ ਤਾਂ ਸਾਰੀਆਂ ਕੰਪਨੀਆਂ ਖਾਲੀ ਹੋ ਗਈਆਂ, ਸਾਰੇ ਇੱਥੋਂ ਯੂਨਿਟ ਹੈ ਦੂਜੀ ਜਗ੍ਹਾ ਸ਼ਿਫਟ, ਦੂਸਰੀ ਹੈ ਸਾਡੀ ਕੰਪਨੀ ਹੈ ਇੱਕ ਪਲਾਟ ਨੰਬਰ 180, ਇਹ ਵੀ ਸ਼ਿਫਟ ਹੋ ਰਹੀ ਹੈ ਅਗਲੇ ਮਹੀਨਾ।
ਬਾਕੀ ਸਾਰੀਆਂ ਕੰਪਨੀਆਂ ਖਾਲੀ ਸੀ। ਵਜ੍ਹਾ ਕੀ ਇਹ ਕੂੜੇ ਦੇ ਢੇਰ? ਕੂੜੇ ਦੇ ਢੇਰ ਦੀ ਵਜ੍ਹਾ। ਸੋ ਤੁਹਾਨੂੰ ਕਿੰਨੇ ਸਾਲ ਹੋ ਗਏ ਇੱਥੇ ਕੰਮ ਕਰਦੇ? ਇਹ ਮੈਨੂੰ ਹੋ ਗਏ ਜੀ 2005 ਦਾ ਮੈਂ ਇੱਥੇ ਕੰਮ ਕਰ ਰਿਹਾ। 2005 ਤੋਂ ਯਾਨੀ ਕਿ ਤੁਹਾਨੂੰ ਤਕਰੀਬਨ ਇੱਥੇ 20 ਸਾਲ ਦੇ ਲਗਭਗ ਹੋ ਸਕਿਆ। ਇਹੀ ਸਥਿਤੀ ਹੈ, ਕੁਝ ਹਾਲਾਤ ਸੁਧਾਰੇ ਨੇ? ਨਹੀਂ ਜੀ, ਇਹੀ ਸਥਿਤੀ ਹੈ ਸਾਰੀ। 2004 ਦਾ ਗਿਰਦਾ ਕਚਰਾ। ਸੋ ਕਦੇ ਇੱਥੋਂ ਦੇ ਜਿਹੜੇ ਕੀ ਹੈਗੇ ਨੇ ਫੈਕਟਰੀ ਦੇ ਮਾਲਕ ਹੈਗੇ ਨੇ, ਇਹਨਾਂ ਵੱਲੋਂ ਕੋਈ ਕਾਨੂੰਨੀ ਕਾਰਵਾਈ ਨਹੀਂ ਕੀਤੀ ਗਈ ਇਹਨਾਂ ਕਚਰੇ ਦੇ ਢੇਰਾਂ ਨੂੰ ਹਟਾਇਆ ਜਾਵੇ? ਇਹ ਤਾਂ ਕੇਸ ਵੀ ਜਿੱਤੇ ਕੰਪਨੀ ਵਾਲੇ ਜਿੱਤੇ ਵਿਆ, ਲੇਕਿਨ ਇਹ ਉੱਠਦਾ ਨਹੀਂ ਹੈ। ਇਹ ਸੜਕ ਵੀ ਬਣ ਗਈ, ਕਾਂਟਾ ਲੱਗ ਗਿਆ, 12 ਲੱਖ ਕਾਂਟੇ ਪਰ ਲਾ ਤਿਆ, ਕਹਿੰਦੇ ਸੜਕਾਂ ਬਣ ਗਈਆਂ, ਇਹ ਨਹੀਂ ਉੱਠੇਗਾ। ਸੋ ਇਹ ਜਿਹੜੇ ਕਿ ਕਚਰਾ ਉਠਾ ਕੇ ਜਿਹੜੀਆਂ ਕਿ ਗੱਡੀਆਂ ਕਿੱਥੇ ਲੈ ਕੇ ਜਾਂਦੀਆਂ? ਜਿਹੜਾ ਕਿ ਹੁਣ ਇੱਥੋਂ ਤੁਸੀਂ ਦੇਖਿਆ ਕਿ ਕਈ ਜਿਹੜੀਆਂ ਗੱਡੀਆਂ ਹੈਗੀਆਂ ਕੰਮ ਕਰ ਰਹੀਆਂ, ਜੇ ਸੀ ਵੀ ਮਸ਼ੀਨਾਂ ਲੱਗੀਆਂ ਹੋਈਆਂ ਨੇ, ਇੱਥੇ ਕਚਰਾ ਲਿਆ ਕੇ ਸੁੱਟ ਦਿੱਤਾ ਜਾਂਦਾ, ਇਹਨੂੰ ਕਿਸੇ ਹੋਰ ਵੀ ਥਾਂ ਸ਼ਿਫਟ ਕੀਤਾ? ਇਹ ਜਿਹੜਾ ਛਾਣਦਾ ਇਹ ਸ਼ੌਨੀਪਤ ਜਾਂਦਾ ਭੱਠੀਆਂ ਦੇ ਵਿੱਚ। ਅੱਛਾ, ਇਹ ਜਿਹੜਾ ਛਾਣਾਈ ਹੋ ਰਹੀ ਨਾ, ਇਹ ਬਾਕੀ ਜਿਹੜੀ ਮਿੱਟੀ ਜੀ ਹੈ ਇੱਥੇ ਛੁੱਟ ਛਾਟ ਕਰ ਦਿੰਦੇ, ਉੱਧਰ ਜਿਹੜੇ ਉਹ ਢੇਰ ਲੱਗੇ ਉਹ ਸ਼ੌਨੀਪਤ ਜਾਂਦਾ। ਸੋ ਬਿਮਾਰੀਆਂ ਦਾ ਵੀ ਕਾਫੀ ਪ੍ਰਕੋਪ ਹੋਣਾ ਇਸ ਇਲਾਕੇ ਦੇ ਵਿੱਚ। ਸਾਹ ਦੀ ਦਿੱਕਤ ਹੋ ਗਈ, ਹੋਰ ਦਿੱਕਤ ਜਿਹੜੀਆਂ ਚਮੜੀ ਦੇ ਰੋਗ ਹੋ ਗਏ, ਲੋਕ ਇਹੀ ਵਜ੍ਹਾ ਹੈਗੀ ਕਿ ਜਿਹੜਾ ਕਿ ਦੂਜੀ ਥਾਂ 'ਤੇ ਯੂਨਿਟ ਸ਼ਿਫਟ ਹੋ ਰਹੇ। ਹਾਂਜੀ ਹਾਂ। ਸੋ ਹੋਰ ਜਿਹੜੇ ਕਿ ਫੈਕਟਰੀ ਦੇ ਵਿੱਚ ਕੰਮ ਕਰਦੇ ਮੁਲਾਜ਼ਮ ਨੇ, ਉਹਨਾਂ ਦੀਆਂ ਵੀ ਦਿੱਕਤਾਂ ਜਾਣਦੇ, ਕਿੰਨੀ ਕੁ ਪਰੇਸ਼ਾਨੀ ਹੈਗੀ ਹੈ ਜੀ? ਸਰ ਸਾਡੇ ਨਾ ਇਸ ਕੂੜੇ ਕਰਕੇ ਬਹੁਤ ਜ਼ਿਆਦਾ ਸਮੈਲ ਬਹੁਤ ਜ਼ਿਆਦਾ ਆਉਂਦੀ ਹੈ, ਅਤੇ ਸਮੈਲ ਆਉਂਦੀ ਹੈ, ਅਤੇ ਇੱਥੇ ਦੇ ਜਿਹੜੇ ਮੱਛਰ ਹੋ ਗਿਆ, ਮੱਖੀਆਂ, ਉਹ ਸਾਡੇ ਆਪਣੇ ਫੈਕਟਰੀ ਦੇ ਵਿੱਚ ਆਉਂਦਾ, ਅਤੇ ਆਲੇ ਦੁਆਲੇ ਬਹੁਤ ਜ਼ਿਆਦਾ ਸਮੈਲ ਆਉਂਦੀ। ਸਾਡੇ ਇੱਥੇ ਇੰਨਾ ਜ਼ਿਆਦਾ ਉਹ ਹੋ ਚੁੱਕਿਆ ਆ, ਸਾਨੂੰ ਕੰਮ ਕਰਨਾ ਵੀ ਬੜਾ ਔਖਾ ਲੱਗਦਾ ਹੈ, ਅਤੇ ਅਸੀਂ ਜਦ ਵੀ ਕੰਮ ਕਰਦੇ ਜਾਂ ਬਾਹਰ ਨਿਕਲਦੇ ਹਾਂ ਜਾਂ ਅੰਦਰ ਹੋਰ ਜਾਂਦੇ ਸਾਈਡ 'ਤੇ, ਬਹੁਤ ਜ਼ਿਆਦਾ ਸਮੈਲ ਆਉਂਦੀ ਹੈ। ਇਹ ਕੂੜੇ ਦੇ ਢੇਰ ਕਰਕੇ ਸਾਰਾ ਸ਼ਹਿਰ ਦਾ ਕੂੜਾ ਇੱਥੇ ਆਉਂਦਾ ਹੈ। ਇਹ ਸਾਨੂੰ ਇਹੀ ਬਸ ਇਹੀ ਬੇਨਤੀ, ਹੁਣ ਦੇਖੋ ਇੱਧਰ ਇਸ ਸਾਈਡ ਸਾਡੇ ਗੱਡੀਆਂ ਦਾ ਹੋ ਗਿਆ, ਅਤੇ ਕਈ ਉੱਧਰ ਹੋ ਗਏ ਪਰਲੀ ਸਾਈਡ। ਜਦੋਂ ਵੀ ਅਸੀਂ ਇਹ ਜਦੋਂ ਮਸ਼ੀਨ ਚੱਲਦੀ ਹੈ, ਇਹਨੇ ਸਾਰੀ ਰਾਤ ਚੱਲਦੀ ਹੈ ਮਸ਼ੀਨ, ਅਤੇ ਉਹਦੇ ਕਰਕੇ ਵੀ ਜਦੋਂ ਬਾਹਰ ਨਿਕਲਣਾ ਵੀ ਬੜਾ ਔਖਾ ਹੁੰਦਾ ਆ। ਹਾਂ, ਇਹੀ ਬਸ ਇਹੀ ਕਹਿਣਾ ਚਾਹੁੰਦੇ ਵੀ ਬੇਨਤੀ ਆ ਵੀ ਸਾਰੇ ਕੂੜੇ ਦਾ ਢੇਰ ਜਾਂ ਤਾਂ ਹੋਰ ਪਾਸੇ ਉਹ ਕਰ ਦੇਣ ਜਾਂ ਫਿਰ ਸਾਨੂੰ ਉਹ ਕਰਨ। ਸੋ ਆਪ ਵੀ ਯਹੀਂ ਪੇ ਕੰਮ ਕਰਤੇ ਹੋ? ਜੀ, ਇਸੀ ਮੈਂ ਕਰਤਾ ਹੂੰ ਇਸ ਕੰਪਨੀ ਮੈਂ। ਕਿਆ ਬਨਤਾ ਇਸ ਫੈਕਟਰੀ ਮੈਂ? ਸਰ ਇਹ ਤਾਂ ਅਭੀ ਮੁਝੇ ਜਾਣਕਾਰੀ ਨਹੀਂ ਹੈ ਕਿ ਮੈਂ ਅਭੀ ਨਯਾ ਬੰਦਾ ਹੂੰ। ਸੋ ਕਿਤਨੀ ਕੁ ਦਿੱਕਤ ਆ ਰਹੀ ਹੈ ਆਪਕੋ ਅਗਰ ਕੁਛ ਦਿਨ ਹੋਏ ਯਹਾਂ ਪੇ ਕੰਮ ਕਰਤੇ ਤੋ ਸਾਥ ਮੇਂ ਕਚਰੇ ਕਾ ਢੇਰ ਹੈ, ਕਿਤਨੀ ਪਰੇਸ਼ਾਨੀ ਹੈ ਇਸਕੀ? ਪਰੇਸ਼ਾਨੀ ਇਹ ਸਰ ਕਿ ਗੰਦਗਾਈ ਆਤੀ ਹੈ, ਮੱਖੀ ਫੱਕੀ ਆਤੀ ਹੈ, ਖਾਣਾ ਖਾਤੇ ਹੈ ਬਾਹਰ ਬੈਠ ਕੇ ਯਹਾਂ ਪੇ। ਉਸਕੇ ਅੰਦਰ ਫੈਕਟਰੀ ਮੈਂ ਵੀ ਗਰਮੀ ਫਰਮੀ ਪੜਤੀ ਹੈ, 24 ਘੰਟੇ ਬਦਬੂ। ਜੀ ਸਰ, ਬਦਬੂ ਆਤੀ ਹੈ ਬਹੁਤ ਜ਼ਿਆਦਾ। ਸੋ ਸਾਂਸ ਲੈਣੇ ਮੇਂ ਆਪਕੋ ਦਿੱਕਤ ਹੈ? ਹਮੇ ਤੋ 2 ਮਿੰਟ ਹੋਏ ਯਹਾਂ ਪੇ ਕਵਰੇਜ ਕਰਤੇ, ਹਮੇ ਤੋ ਖੜਾ ਵੀ ਨਹੀਂ ਹੋ ਜਾ ਰਿਹਾ। ਦਿੱਕਤ ਤੋ ਪੜਤੀ ਹੈ ਮਰ, ਕਿਆ ਕਹਿ ਸਕਤੇ, ਹਮ ਤੋ ਮਜ਼ਦੂਰ ਹੈਂ। ਅਬ ਤੋ ਸਰ ਅਭੀ ਯੇ ਵੀ ਸੁਣਨੇ ਮੈਂ ਕਿ ਯਹਾਂ ਸੇ ਜੋ ਕਾਫੀ ਯੂਨਿਟ ਹੈ ਵੋ ਦੂਸਰੀ ਜਗ੍ਹਾ ਸ਼ਿਫਟ ਹੋ ਰਹੇ ਹੈ। ਹਾਂ ਜੀ ਸਰ, ਯਹੀ ਹੈ। ਫਿਰ ਆਪਕੋ ਵੀ ਰੋਜ਼ਗਾਰ ਕਾ ਔਖਾ ਹੋ ਜਾਏਗਾ। ਹਾਂ ਜੀ ਸਰ, ਕਿਆ ਕਰਾਂ ਫਿਰ, ਯਹਾਂ ਸੇ ਹਟਨਾ ਪੜ ਰਹਾ ਹੈ, ਗੰਦ ਹੈ ਯੇ। ਕੁਛ ਆਪਕੋ ਵੀ ਕੁਛ ਫੈਕਟਰੀ ਮਾਲਕ ਨੇ ਐਸਾ ਬੋਲਾ ਹੈ ਕਿ ਆਪ ਕਾਮ ਕੋਈ ਔਰ ਦੇਖ ਲੋ ਜਾਂ ਫਿਰ ਹਮਾਰੇ ਸਾਥ ਦੂਸਰੀ ਜਗ੍ਹਾ ਸ਼ਿਫਟ ਹੋ ਰਹਾ ਹੈ, ਵਹਾਂ ਚਲੋ? ਨਾ ਸਰ, ਅਭੀ ਤੋ ਹਮ ਸੇ ਤੋ ਨਹੀਂ ਬੋਲਾ ਸਰ, ਹਮ ਆਪ ਸੇ ਕਹਤੇ ਹੈ ਕਿ ਹਮ ਸੇ ਉਧਰ ਸ਼ਿਫਟ ਬੋਲਾ, ਪਰ ਫਿਲਹਾਲ ਯੇ ਅਭੀ ਤੋ ਹਮ ਹੀ ਕਰ ਰਹੇ ਹੈ। ਜੀ ਸਰ, ਕਿਤਨਾ ਸਮਾਂ ਹੋ ਗਿਆ ਆਪਕੋ? ਸਰ ਹਮੇ ਵੀ ਤੋ ਅਭੀ ਜ਼ਿਆਦਾ ਮੈਂ ਜ਼ਿਆਦਾ ਐਸੇ ਹੋਏ ਹੈਂ, 20 ਦਿਨ ਹੋਏ ਹੈ ਮੇਰੇ ਕੋਲ ਮੁਝੇ। ਸੋ 20 ਦਿਨ ਮੈਂ ਆਪਣੇ ਜੋ ਦੇਖਾ ਤੋ ਬਹੁਤ ਬੁਰੇ ਹਾਲਾਤ। ਹਾਂ ਜੀ ਸਰ। ਸੋ ਕੂੜੇ ਦੇ ਢੇਰ ਦੀ ਵਜ੍ਹਾ ਕਰਕੇ ਜਿਹੜੇ ਕਿ ਇੱਥੋਂ ਦੇ ਕਰਮਚਾਰੀ ਹੈਗੇ ਕੰਪਨੀਆਂ ਦੇ, ਉਹਨਾਂ ਨੂੰ ਕਿੰਨੀ ਦਿੱਕਤ ਆ ਰਹੀ ਹੈ ਤੁਸੀਂ ਉਹਨਾਂ ਦੀ ਜ਼ੁਬਾਨੀ ਤੋਂ ਸੁਣਿਆ, ਪਰ ਨਾਲ ਹੀ ਜੋ ਇਹ ਸਥਿਤੀ ਬਣੀ ਹੋਈ ਹੈ, ਇਸ ਦਾ ਜ਼ਿੰਮੇਵਾਰ ਕੌਣ ਹੈ? ਕਿ ਨਗਰ ਨਿਗਮ ਮੋਹਾਲੀ ਇਸ ਦਾ ਜ਼ਿੰਮੇਵਾਰ ਹੈ, ਜਾਂ ਫਿਰ ਕੁਝ ਅਧਿਕਾਰੀਆਂ ਦੀ ਲਾਪਰਵਾਹੀ ਕਹਿ ਸਕਦੇ ਹਾਂ ਜਾਂ ਅਣਗਹਿਲੀ ਕਹਿ ਸਕਦੇ ਹਾਂ, ਕਿ ਇਹ ਜਿਹੜਾ ਕਿ ਇਸ ਸਥਾਨ ਦੇ ਉੱਪਰ ਜਿਹੜੀ ਕਿ ਦਿੱਕਤ ਆ ਰਹੀ ਹੈ ਉਸਦਾ ਕੋਈ ਨਿਪਟਾਰਾ ਨਹੀਂ ਹੋ ਰਿਹਾ, ਪਰ ਜਿਹੜੇ ਇੱਥੋਂ ਦੇ ਯੂਨਿਟ ਦੂਜੀ ਥਾਂ ਦੇ ਉੱਪਰ ਸ਼ਿਫਟ ਹੋ ਰਹੇ ਨੇ, ਇਹ ਸਿੱਧਾ ਸਿੱਧਾ ਰੁਜ਼ਗਾਰ ਨੂੰ ਟਾਲਾ ਕਰੀਏ, ਕਿਉਂਕਿ ਜਿਹੜੇ ਕਿ ਇੱਥੋਂ ਲੋਕਲ ਕੰਮ ਕਰਨ ਵਾਲੇ ਨੌਜਵਾਨ ਹੈਗੇ ਨੇ, ਲੋਕ ਹੈਗੇ ਨੇ, ਉਹਨਾਂ ਦਾ ਕੀ ਬਣੇਗਾ?
ਮੰਨ ਲਓ ਕਿ ਜੇ ਦੂਸਰੀ ਥਾਂ ਦੇ ਉੱਪਰ ਕੋਈ ਯੂਨਿਟ ਸ਼ਿਫਟ ਵੀ ਹੋ ਜਾਂਦਾ ਤਾਂ ਇੱਕ ਯੂਨਿਟ ਦੇ ਵਿੱਚ ਜੇਕਰ ਆਪਾਂ 100 ਤੋਂ 150 ਕਰਮਚਾਰੀ ਵੀ ਕੰਮ ਕਰਦਾ ਮੰਨੀਏ, ਉਦਾਹਰਣ ਦੇ ਤੌਰ 'ਤੇ ਮੰਨੀਏ, ਤਾਂ ਉਹਨਾਂ ਦੇ ਰੁਜ਼ਗਾਰ ਦਾ ਕੀ ਬਣੇਗਾ? ਕਿ ਉਹ ਇਸ ਥਾਂ ਤੋਂ ਦੂਜੀ ਥਾਂ 'ਤੇ ਸ਼ਿਫਟ ਹੋਵੇਗੇ, ਜਾਂ ਇੱਕ ਜਾਂ ਆਪਾਂ ਫਿਰ ਕਹਿ ਸਕਦੇ ਹਾਂ ਕਿ ਰੁਜ਼ਗਾਰ ਨੂੰ ਢਾਹ ਲੱਗਦੀਆਂ ਜਾਂ ਫਿਰ ਕੰਪਨੀਆਂ ਸ਼ਿਫਟ ਹੋ ਰਹੀਆਂ, ਤਾਂ ਇਸ ਦਾ ਨੁਕਸਾਨ ਮੋਹਾਲੀ ਦੇ ਲੋਕਾਂ ਨੂੰ ਹੋਵੇਗਾ। ਇਹ ਲੋਕ ਕਈ ਵਾਰ ਆਪਣੀ ਜਿਹੜੀ ਸ਼ਿਕਾਇਤ ਹੈਗੀ ਉਹ ਕਾਰਪੋਰੇਸ਼ਨ ਤੱਕ ਕਰ ਚੁੱਕੇ ਨੇ। ਇਹ ਤਸਵੀਰ ਜਿਹੜੀ ਕਿ ਤੁਹਾਨੂੰ ਇੱਧਰ ਪਾਸੇ ਦਿਖਾਵਾਂਗੇ ਕਿ ਜਿਹੜੇ ਲੋਕਲ ਲੋਕ ਹੈਗੇ ਨੇ ਉਹਨਾਂ ਦਾ ਇਹ ਵੀ ਕਹਿਣਾ ਕਿ ਸੀਵਰੇਜ ਦੀਆਂ ਭਰੀਆਂ ਜਿਹੜੀਆਂ ਪਾਣੀ ਦੀਆਂ ਗੱਡੀਆਂ ਨੇ ਉਹਨਾਂ ਨੂੰ ਇੱਥੇ ਤੱਕ ਲਿਆ ਕੇ ਖਾਲੀ ਕਰਕੇ ਜਿਹੜਾ ਕਿ ਪਾਣੀ ਸੁੱਟ ਦਿੱਤਾ ਜਾਂਦਾ, ਜਿਸ ਕਰਕੇ ਪੂਰਾ ਇਲਾਕਾ ਆ ਉਹ ਸੀਵਰੇਜ ਦੇ ਗੰਦੇ ਪਾਣੀ ਦੇ ਨਾਲ ਉਹ 24 ਘੰਟੇ ਬਦਬੂ ਮਾਰਦਾ। ਸੋ ਲੋਕਾਂ ਦੀ ਜਿਹੜੀ ਦਿੱਕਤ ਦਰਪੇਸ਼ ਹੈ ਤੁਹਾਨੂੰ ਹਮਦਰਦ ਟੀਵੀ ਦੇ ਉੱਪਰ ਜਿਹੜੀ ਆ ਉਹ ਸਾਂਝੀ ਕੀਤੀ ਹੈ। ਸੋ ਅਸੀਂ ਵੀ ਉਮੀਦ ਕਰਦੇ ਹਾਂ ਕਿ ਇਹ ਮਸਲਾ ਜ਼ਰੂਰ ਜਿਹੜਾ ਕਿ ਪ੍ਰਸ਼ਾਸਨ ਆਪਣੇ ਪੱਧਰ 'ਤੇ ਹੱਲ ਕਰਨ ਦੀ ਕੋਸ਼ਿਸ਼ ਕਰੇਗਾ ਅਤੇ ਜਲਦ ਹੀ ਲੋਕਾਂ ਨੂੰ ਇਸ ਕੂੜੇ ਦੇ ਢੇਰ ਤੋਂ ਨਿਆਤ ਮਿਲੇਗੀ। ਸੋ ਵਧੇਰੇ ਅਪਡੇਟ ਲਈ ਜੁੜੇ ਰਹੋ ਹਮਦਰਦ ਟੀਵੀ ਨਾਲ। ਕੈਮਰਾ ਪਰਸਨ ਮੋਹਨ ਪਰਵਿੰਦਰ, ਚੰਡੀਗੜ੍ਹ।